ਅੱਜ ਮੇਰੀ ਜਾਨ ਨੂੰ ਤਾਂ ਫੋਨ ਹੀ ਨਹੀਂ ਆਇਆ। ਚੱਲ ਮੈਂ ਅੱਜ ਆਪੇ ਕਰ ਲੈਂਦੀ। ਹਾਂਜੀ ਜਾਨ, ਤੁਸੀਂ ਕਿੱਥੇ ਹੋ? ਤੁਸੀਂ ਅੱਜ ਸਵੇਰ ਦਾ ਫੋਨ ਹੀ ਨਹੀਂ ਕਰਿਆ। ਜੇ ਤੁਸੀਂ ਫ੍ਰੀ ਹੈ ਨਾ ਘਰਾਂ ਆ ਜਾਓ, ਮੈਂ ਇਕੱਲੀ ਹਾਂ। ਆ ਗਿਆ 5 ਮਿੰਟ ਮਾ। ਸੱਚੀ ਨੀ ਕੋਈ ਨੀ ਹੈ। ਥੱਲੇ ਕਮਰ ਮੈਂ ਦੇਖਦਾ ਜਿੱਧਰ ਬੈਠੀ ਹੋਈ ਆ ਬੈਠਿਆ ਮੇਰਾ ਜਾਨੂ ਮੋਨਾ ਸੋਨਾ ਲਾਦੋ ਫਾਦੋ ਲਾਨੀਆਂ ਫਲਾਨੀਆਂ ਹੋਰ ਜਾਣੇ ਮਨ। ਮੇਰੇ ਬਾਬੂ ਨੇ ਖਾਣਾ ਖਾਇਆ ਕਿ ਨਹੀਂ ਖਾਇਆ? ਹੈਪੀ ਬਰਥਡੇ ਨੇ। ਥੈਂਕ ਯੂ। ਐਸੇ ਹੋ? ਮੈਂ ਤੁਹਾਡੇ ਨਾਲ ਗੁੱਸੇ ਆ, ਤੁਸੀਂ ਮੇਰਾ ਫੋਨ ਨਹੀਂ ਚੱਕਿਆ। Run. ਹੈਲੋ, ਚੰਗਾ ਹੋਇਆ ਤੇ ਤੁਸੀਂ ਲੰਘ ਗਏ ਜੀ, ਮੇਰੇ ਤਾਂ ਘਰ ਦੇ ਆ ਗਏ ਸੀ। ਮੈਨੂੰ ਮਰਵਾਏ ਦੇ ਆਦਾ। ਹੋਰ ਫਿਰ ਕੱਲ ਕਿਤੇ ਬਾਹਰ ਮਿਲਾਂਗੇ, ਠੀਕ ਹੈ ਜੀ? ਮਿਲਦੇ ਹਾਂ ਫਿਰ, ਠੀਕ ਹੈ, ਓਕੇ। ਕਟਾਪਾ ਕਰਾਉਂਗੀ ਮੈਨੂੰ ਲੱਗਦੀ ਇਹ। ਚੱਲ ਪਰਮਿੰਦਰ ਸਿੰਘ ਖੜਿਆ ਰਹਿ, ਦੇਖੀ ਚੱਲ। ਹੈਲੋ, ਆ ਜਾਓ ਹੁਣ, ਮੈਂ ਇੱਧਰ ਬੈਠੀ ਹਾਂ ਸਰੋਂ ਦੀ ਡੋਲ ਪਰ। ਤੈਨੂੰ ਰੈਡ ਰੋਜ਼ ਮੈਂ, ਰੈਡ ਰੋਜ਼ ਮੈਂ, ਤੁਸੀਂ ਆਪ ਗੱਲਾਂ ਮਰ ਗਏ ਹੋ। ਹੋਰ ਜਾਣੇ ਮਨ ਕੈਸੇ ਹੋ? ਤੁਹਾਨੂੰ ਬੜਾ ਮਿਸ ਕੀਤਾ, ਤੁਸੀਂ ਮੇਰੇ ਤਾਂ ਭੈਣ ਡੰਡੇ ਹੀ ਪਵਾ ਛੱਡੇ ਸੀ। ਵਧੀਆ ਭੱਜ ਗਏ ਸੀ, ਮੇਰੇ ਤਾਂ ਘਰ ਦੇ ਆ ਗਏ ਸੀ। ਬਹੁਤ ਜ਼ਿਆਦਾ ਉਦਣ ਕਟਾਪਾ ਤਾਂ ਨਹੀਂ ਹੋਇਆ ਤੇਰਾ? ਨਹੀਂ ਨਹੀਂ, ਮੈਨੂੰ ਲੱਗਿਆ ਤੁਸੀਂ ਭੱਜ ਗਏ। ਮੈਨੂੰ ਪੁੱਛਦੇ ਸੀ ਕੌਣ, ਮੈਂ ਕਹਿੰਦਾ ਚੋਰ ਆ ਗਏ ਸੀ। ਹਾਂਜੀ, ਜਿਹੜਾ ਹਰਮਾਨਸੇ ਦਾ ਮੁੰਡਾ ਨਹੀਂ ਹੈ? ਹਾਂਜੀ, ਉਹਨੇ ਅੱਗੇ ਸ਼ਿਕਾਇਤ ਕਰਤੀ ਦਾਦੀ ਨੂੰ। ਉਹ ਜਾਣਦਾ ਮੇਰੇ ਨਾਲ ਗੱਲ ਕਰਨ ਨੂੰ ਕਹਿੰਦਾ ਸੀ ਉਹ। ਸੱਚੀ ਸੱਚੀ ਮੈਨੂੰ ਤਾਂ ਐਂ ਲੱਗਦਾ ਸੀ ਉਹਨੂੰ ਐ ਵੀ ਇਹ ਦੋਨੇ ਇਕੱਠੇ ਕਰਤੇ ਰਹਿੰਦੇ ਆ। ਹਾਂਜੀ, ਹੈ ਨਾ? ਹਾਂਜੀ। ਚੱਲ ਹੋਰ ਤੇ ਅੱਜ ਕਿਆ ਸੀ ਨੇ? ਅੱਜ ਤੁਸੀਂ ਇਹ ਦਿੱਤਾ ਮੈਨੂੰ ਗੁਲਾਬ, ਇਹ ਗੁਲਾਬਾਂ ਦਾ ਕਰਮ ਲਪਾਉਣਾ। ਤੁਸੀਂ ਮੈਨੂੰ ਬਹੁਤ ਪਿਆਰ ਕਰਦੇ ਤਾਂ ਹੀ ਦਿੱਤਾ ਨਾ ਇਹ। ਸਾਡੀ ਪੈੜੀ ਵਿੱਚ ਸਾਈਕਲ ਕਿਹਦਾ ਆ ਗਿਆ? ਖੜੀ ਰਾਤ ਤਾਂ ਅੱਜ ਸਾਹਿਬਾਂ ਨੇ ਬਣਾਉਣ ਲੱਗੇ ਮੈਨੂੰ ਵੱਡਾ ਮਿਰਜ਼ਾ, ਉਹਨੇ ਤਾਂ ਤੀਰ ਤੋੜਦੇ ਤਾਂ ਮੇਰੇ ਰੱਤੇ ਦਲਵਾ ਕੀਤੀ। ਨਾ ਹੋ ਬਾਬੇ, ਜਿਹੜੀ ਇਹੋ ਜਿਹੀ ਕੰਮ ਕਦੇ ਨਾ ਕਰੋ।
ਸਤਿ ਸ਼੍ਰੀ ਅਕਾਲ ਮੇਰੇ ਵੀਰੋ, ਇਹ ਵੀਡੀਓ ਸਾਡੀ ਸਿਰਫ ਮਜ਼ਾਕ ਲਈ ਹੈ। ਇਹ ਇਸ ਵਿੱਚ ਕਿਸੇ ਪ੍ਰਕਾਰ ਦਾ ਵੀ ਕਿਸੇ ਨੂੰ ਦੁੱਖ ਪਹੁੰਚਾਉਣ ਦੀ ਸਾਡੀ ਕੋਈ ਵੀ ਭਾਵਨਾ ਨਹੀਂ ਹੈ। ਜੇਕਰ ਕਿਸੇ ਨੂੰ ਕੁਝ ਗਲਤ ਲੱਗੇ ਤਾਂ ਆਪ ਕਮੈਂਟਾਂ ਵਿੱਚ ਦੱਸਿਓ। ਇੱਦਾਂ ਦੇ ਮਜ਼ੇਦਾਰ ਕੰਟੈਂਟ ਆਉਂਦਾ ਵੇ ਹੈ। ਸਬਸਕ੍ਰਾਈਬ ਕਰੋ, ਲਾਈਕ ਕਰੋ ਅਤੇ ਫੋਲੋ ਸ਼ੇਅਰ ਜ਼ਰੂਰ ਕਰੋ।